ਅਗਲੀ ਖਬਰ ਦਾ ਰੁਖ ਕਰਦੇ ਹਾਂ। ਹਿਮਾਚਲ ਪ੍ਰਦੇਸ਼ ਵਿੱਚ ਆਮ ਤੌਰ ਤੇ ਸੜਕ ਹਾਦਸਿਆਂ ਦੀ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਜਿਨ੍ਹਾਂ ਵਿੱਚ ਜ਼ਿਆਦਾਤਰ ਹਾਦਸੇ ਬੱਸਾਂ ਦੇ ਨਾਲ ਹੁੰਦੇ ਨੇ, ਪਰ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਇਹਨਾਂ ਮਾਮਲਿਆਂ ਤੋਂ ਸਬਕ ਲੈਂਦੇ ਨਜ਼ਰ ਨਹੀਂ ਆਉਂਦੇ ਅਤੇ ਖਮਿਆਜ਼ਾ ਭੁਗਤਣਾ ਪੈਂਦਾ ਹੈ ਆਮ ਜਨਤਾ ਨੂੰ। ਪਹਾੜਾਂ ਨੂੰ ਚੀਰ ਕਰ ਬਣਾਈ ਗਈ ਹਿਮਾਚਲ ਪ੍ਰਦੇਸ਼ ਦੀ ਘੁਮਾਵਦਾਰ ਸੜਕਾਂ ਦੇ ਇੱਕ ਪਾਸੇ ਪਹਾੜ ਤੇ ਦੂਜੇ ਪਾਸੇ ਖੱਡ ਹੁੰਦੀ ਹੈ ਅਤੇ ਇਹੀ ਵਜ੍ਹਾ ਹੈ ਕਿ ਸੂਬੇ 'ਚ ਜ਼ਿਆਦਾਤਰ ਸੜਕੀ ਹਾਦਸੇ ਹੁੰਦੇ ਨੇ, ਜਿਨ੍ਹਾਂ ਵਿੱਚ ਜ਼ਿਆਦਾਤਰ ਮਾਮਲੇ ਬੱਸਾਂ ਦੇ ਨਾਲ ਹੋਏ ਨੇ ਅਤੇ ਇਹ ਬੱਸਾਂ ਵੀ ਜ਼ਿਆਦਾਤਰ HRTC ਦੀ ਰਹੀਆਂ ਨੇ। ਇਹਨਾਂ ਸੜਕ ਹਾਦਸਿਆਂ ਦੀ ਵਜ੍ਹਾ ਅਕਸਰ ਕੋਈ ਤਕਨੀਕੀ ਖਾਮੀ ਨਹੀਂ ਬਲਕਿ ਡਰਾਈਵਰ ਦੀ ਲਾਪਰਵਾਹੀ ਹੁੰਦੀ ਹੈ। ਬੱਸਾਂ ਵਿੱਚ ਸਵਾਰੀਆਂ ਵੱਧ ਭਰ ਲਈ ਜਾਂਦੀਆਂ ਨੇ, ਜਿਸ ਨਾਲ ਇਹ ਬੱਸਾਂ ਬੇਲਗਾਮ ਹੋ ਜਾਂਦੀਆਂ ਨੇ ਅਤੇ ਨਤੀਜਾ ਹੁੰਦਾ ਹੈ ਜਾਨਲੇਵਾ ਹਾਦਸਾ। ਪਰ ਸਰਕਾਰ ਇਹਨਾਂ ਮਾਮਲਿਆਂ ਤੋਂ ਸਬਕ ਲੈਂਦੀ ਨਜ਼ਰ ਨਹੀਂ ਆ ਰਹੀ ਹੈ ਅਤੇ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹਨਾਂ ਹਾਦਸਿਆਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਵਜੂਦ NHAI ਨੇ ਪ੍ਰਦੇਸ਼ ਵਿੱਚ ਸਪੀਡ ਲਿਮਿਟ ਨੂੰ ਹੋਰ ਵਧਾ ਦਿੱਤਾ ਹੈ, ਜਿਸ ਨਾਲ ਹੁਣ ਗੱਡੀਆਂ 60 ਕਿਲੋਮੀਟਰ ਫੀ ਘੰਟੇ ਦੀ ਬਜਾਏ 70 ਕਿਲੋਮੀਟਰ ਫੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਣਗੀਆਂ। ਉਧਰ ਰਾਜਧਾਨੀ ਸ਼ਿਮਲਾ ਦੇ RTO ਪ੍ਰਸ਼ਾਂਤ ਦੇਸ਼ਤਾ ਦਾ ਕਹਿਣਾ ਹੈ ਕਿ ਉਹ ਇਸ ਬਾਤ ਨਾਲ ਵਾਕਿਫ ਨੇ ਕਿ ਬੱਸਾਂ ਵਿੱਚ ਓਵਰਲੋਡਿੰਗ ਕੀਤੀ ਜਾਂਦੀ ਹੈ, ਪਰ ਵਕਤ ਮਿਲਣ ਤੇ ਇਸ ਮਾਮਲੇ 'ਚ ਕਾਰਵਾਈ ਵੀ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਸੇ ਯਹਾਂ ਨਿਰੰਤਰ ਪਾਪੂਲੇਸ਼ਨ ਬੜ ਰਹੀ ਹੈ ਔਰ ਉਸਕੇ ਸਾਥ ਸਾਥ ਯੇ ਟੂਰਿਸਟ ਸੀਜ਼ਨ ਵੀ ਸਟਾਰਟ ਹੋ ਰਹਾ ਹੈ, ਅਮੂਮਨ ਦੇਖਾ ਗਿਆ ਹੈ ਕਿ ਬੱਸਿਸ ਮੈਂ ਓਵਰਲੋਡਿੰਗ ਕੀ ਸਮੱਸਿਆ ਹੈ ਜੋ ਇਸ ਪਰਟੀਕੁਲਰ ਸੀਜ਼ਨ ਮੈਂ ਬਹੁਤ ਜ਼ਿਆਦਾ ਹੋ ਜਾਤੀ ਹੈ। ਤੋ ਵਿਭਾਗ ਇਸ ਪੇ ਇਸ ਸਮੱਸਿਆ ਦਾ ਨਿਦਾਨ ਕੇ ਲੀਏ ਸਮੇਂ ਸਮੇਂ ਪਰ ਜੋ ਇਨਫੋਰਸਮੈਂਟ ਹਮਾਰੀ ਤਰਫ ਸੇ ਹੋਤੀ ਹੈ ਵਹੀਕਲਸ ਕੀ ਜਾਂ ਬੱਸਿਸ ਕੀ ਜੋ ਚੈਕਿੰਗ ਹੋਤੀ ਹੈ ਵੋ ਪ੍ਰਾਈਵੇਟ ਔਰ HRTC ਬੱਸਿਸ ਕੀ ਵੋ ਹਮ ਨਿਯਮਿਤ ਰੂਪ ਸੇ ਕਰਤੇ ਹੈ। ਹਿਮਾਚਲ ਹਾਈ ਕੋਰਟ ਨੇ ਇਸ ਸਾਲ 5 ਮਹੀਨਿਆਂ ਵਿੱਚ ਹੀ ਤਕਰੀਬਨ 500 ਅਜਿਹੇ ਮਾਮਲਿਆਂ 'ਚ ਮੁਆਵਜ਼ੇ ਦਿੱਤੇ ਨੇ, ਜਿਨ੍ਹਾਂ ਵਿੱਚ ਬੱਸਾਂ ਦੇ ਨਾਲ ਹੋਏ ਹਾਦਸਿਆਂ ਵਿੱਚ ਪ੍ਰਭਾਵਿਤ ਲੋਕਾਂ ਦੀ ਤਾਦਾਦ ਜ਼ਿਆਦਾ ਹੈ ਅਤੇ ਅੰਕੜੇ ਸਬਕ ਸਿਖਾਉਣ ਦੇ ਲਈ ਘੱਟ ਨਹੀਂ ਨੇ। ਵਿਸ਼ਾਲ ਦਿਵੇਦੀ, ਜ਼ੀ ਮੀਡੀਆ, ਸ਼ਿਮਲਾ।